ਝੋਨੇ ਲੱਗੇ ਆ, ਹੁਣ ਜਿਹੜਾ ਆਮ ਮੂੰਜੀ ਲਾਈ ਆ, ਚਾਵਲ ਦੀ ਕਾਸ਼ਤ, ਧਾਨ ਦੀ ਕਾਸ਼ਤ ਇਹ ਕੀਤੀ ਹੋਈ ਆ। ਇਹਦੇ ਨਿਪੇਰੇ ਵਿੱਚ ਨਾ ਤੁਸੀਂ ਵੈਸਟ ਦੀ ਕੰਪੋਜ਼ਰ ਇਸਤੇਮਾਲ ਕਰੋ। ਅਗਰ ਵੈਸਟ ਦੀ ਕੰਪੋਜ਼ਰ ਇਸਤੇਮਾਲ ਕਰੋਗੇ ਤਾਂ ਤੁਸੀਂ ਇਹ ਬੜੀ ਖੁਸ਼ਹਾਲੀ ਪਾਓਗੇ। ਵੈਸਟ ਦੀ ਕੰਪੋਜ਼ਰ ਇਸਤੇਮਾਲ ਕਰਨਾ, ਹਰ ਪਾਣੀ ਦੇ ਨਾਲ ਇਹਨੂੰ ਪਾਓ, ਜਿੰਨਾ ਵੀ ਦਿਲ ਕਰਦਾ ਇੱਕ ਡਰੰਮ ਪਾਓ, ਦੋ ਡਰੰਮ ਪਾਓ, ਜਿੰਨਾ ਵੀ ਪਾਓ, ਇਹ 'ਚ ਫਾਇਦਾ ਹੋਏਗਾ। ਜ਼ਮੀਨ ਨਰਮ ਹੋਏਗੀ ਅਤੇ ਤੁਹਾਨੂੰ ਖਾਦ ਦੀ ਵੀ ਬਹੁਤ ਘੱਟ ਲੋੜ ਪਏਗੀ। ਇਸ ਤਰ੍ਹਾਂ ਹੀ ਤੁਸੀਂ ਜਿਹੜਾ ਕਮਾਦ ਲਾਇਆ ਉਹਨੂੰ ਵੀ ਵੈਸਟ ਡੀ ਕੰਪੋਜ਼ਰ ਪਾਓ। ਵੈਸਟ ਡੀ ਕੰਪੋਜ਼ਰ ਦੇ ਨਾਲ ਬਹੁਤ ਸਾਰਾ ਫਾਇਦਾ ਹੋਏਗਾ। ਸਿਰਫ ਸਾਦਾ ਹੀ, ਹੋਰ ਕੋਈ ਚੀਜ਼ ਪਾਉਣ ਦੀ ਲੋੜ ਨਹੀਂ, ਵੈਸਟ ਡੀ ਕੰਪੋਜ਼ਰ ਪਾਓ। ਜਿਹੜੇ ਲੋਕ ਵੈਸਟ ਡੀ ਕੰਪੋਜ਼ਰ ਇਸਤੇਮਾਲ ਕਰਦੇ ਉਹਨਾਂ ਨੂੰ ਦੇਖੋ ਅਤੇ ਇਹ ਇਹਦੇ ਨਾਲ ਇੰਨਾ ਕੁ ਫਾਇਦਾ ਹੋਏਗਾ ਤੁਹਾਨੂੰ, ਤੁਸੀਂ ਭੁੱਲ ਜਾਓਗੇ ਸਾਰਾ ਖਾਦਾਂ ਖੁਦਾਂ ਨੂੰ। ਅਤੇ ਪੈਸਾ ਆਪਣਾ ਬਚਾਓ, ਫਸਲ ਆਪਣੀ ਚੰਗੀ ਕਰੋ, ਇਹਦਾ ਖੁਸ਼ਹਾਲੀ ਪਾਵੋ। ਇਹ ਇਸ ਤਰ੍ਹਾਂ ਹੀ ਹੋ ਸਕਦਾ ਵਾ, ਤੁਸੀਂ ਕੋਸ਼ਿਸ਼ ਕੀਤੀ। ਜੇ ਤੁਸੀਂ ਕੋਸ਼ਿਸ਼ ਕਰੋਗੇ ਤਾਂ ਇਹ ਸਾਰਾ ਕੁਛ ਹੋ ਜਾਏਗਾ। ਵੈਸਟ ਦੀ ਕੰਪੋਜ਼ਰ ਕੋਈ ਮੁੱਲ ਨਹੀਂ ਲੈਣ ਦੀ ਲੋੜ, ਜਿੱਥੋਂ ਮਰਜ਼ੀ ਤੁਸੀਂ ਵੈਸਟ ਦੀ ਕੰਪੋਜ਼ਰ ਲੱਭੋ, ਲੱਭ ਜਾਣਾ ਤੁਹਾਨੂੰ, ਫਰੀ ਆ। ਇਹ ਇੱਕ ਦਫ਼ਾ ਲੈਣਾ, ਇਹ ਨਹੀਂ ਵੀ 50 ਵਾਰੀ ਲੈਣਾ ਵਾ ਤੁਸੀਂ, ਜਿੰਨੇ ਵਾਰੀ ਪਾਣੀ ਲਾਉਣਾ ਉਨੇ ਵਾਰੀ ਲੈਣਾ, ਨਾ ਕੋਈ ਨਹੀਂ, ਉਹਨੇ ਕੋਈ ਲੈਣ ਦੀ ਲੋੜ ਨਹੀਂ। ਇੱਕ ਦਫ਼ਾ ਤੁਸੀਂ ਲੈ ਲਓ, ਉਹ ਇਸ ਤਰ੍ਹਾਂ ਹੀ ਗਾਂਹ ਦੁਗਾਹ ਮਲਟੀਪਲਾਈ ਕਰੀ ਹੋ। ਅਤੇ ਬਹੁਤ ਸਾਰੇ ਲੋਕ ਇਹਦੇ ਵਿੱਚ ਸ਼ੌਕ ਰੱਖਦੇ ਆ ਅਤੇ ਬਹੁਤ ਸਾਰੇ ਲੋਕਾਂ ਨੇ ਮਿਹਨਤ ਕੀਤੀ ਆ, ਬਹੁਤ ਸਾਰੇ ਲੋਕਾਂ ਨੇ ਖੁਦ ਉਹ ਆਪ ਮੰਗਵਾਇਆ ਵਾ ਇੰਡੀਆ ਤੋਂ ਵੈਸਟ ਦੀ ਕੰਪੋਜ਼ਰ। ਅਤੇ ਦੋਸਤੋ, ਇਹ ਵੈਸਟ ਦੀ ਕੰਪੋਜ਼ਰ ਦੀ ਇੱਕ ਤੁਸੀਂ ਬੋਤਲ ਲੈ ਲਓਗੇ ਕਲਚਰ ਦੀ, ਕਿਸੇ ਕੋਲ ਵੀ ਲੈ ਲਓਗੇ, ਅਤੇ ਤੁਸੀਂ ਆਪਣੇ ਪਿੰਡ 'ਚ ਸਾਰੇ ਨੂੰ ਇਹ ਦੇਈ ਜਾਓ, ਮੁੱਕਦਾ ਰਹੇ। ਇਹਨੂੰ ਵਾਰ ਵਾਰ ਤੁਸੀਂ ਮਲਟੀਪਲਾਈ ਕਰੋ, ਵਾਰ ਵਾਰ ਮਲਟੀਪਲ ਤੁਸੀਂ ਇੱਕ ਦਫ਼ਾ ਤੁਸੀਂ ਕਰ ਲਓਗੇ ਨਾ ਇਸਤੇਮਾਲ, ਤੁਹਾਨੂੰ ਖੁਦ ਪਤਾ ਲੱਗ ਜਾਣਾ। ਇਹ 3 ਮਹੀਨੇ ਤੁਸੀਂ ਲਗਾਤਾਰ ਇਸਤੇਮਾਲ ਕਰੋ, ਤੁਹਾਡੀ ਜ਼ਮੀਨ ਖੁਦ ਦੱਸੇਗੀ ਵੀ ਇਹ ਵੈਸਟ ਦੀ ਕੰਪੋਜ਼ਰ ਮੇਰੇ ਆਇਆ ਵਾ। ਅਤੇ ਦੋਸਤੋ, ਇਹ ਇੱਕ ਮੁਹੱਤ ਦੀ ਚੀਜ਼ ਆ, ਇਹਦੇ ਤੋਂ ਫਾਇਦਾ ਉਠਾਓ। ਤੂੰ ਪੈਸਾ ਆਪਣਾ ਨਾ ਜ਼ਾਇਆ ਕਰੋ, ਖਾਦਾਂ ਦੇ ਸਪਰੇਆਂ ਦੇ ਪੈਸਾ ਆਪਣਾ ਨਾ ਜ਼ਾਇਆ ਕਰੋ। ਦੇਖੋ ਫਸਲ ਹਰ ਪਾਸਿਓ ਫਸਲ ਤੰਦਰੁਸਤ ਹੋਵੇ ਤਾਂ ਉਹ 'ਤੇ ਬਿਮਾਰੀ ਵੀ ਅਟੈਕ ਨਹੀਂ ਕਰਦੀ। ਦੋਸਤੋ, ਇਹ ਜਿਹੜੀ ਫਸਲਾਂ ਦਾ ਸਾਡਾ ਮੌਸਮ ਆ, ਗਰਮੀ ਦੀ ਫਸਲ ਆ, ਇਹਨਾਂ 'ਤੇ ਬਿਮਾਰੀਆਂ ਦਾ ਬਹੁਤ ਅਟੈਕ ਹੁੰਦਾ, ਕਿਉਂਕਿ ਜ਼ਿਆਦੀਆਂ ਸਪਰੇਆਂ ਕਰਦੇ ਆ, ਜਿੰਨੀ ਜ਼ਿਆਦਾ ਸਪਰੇ ਕਰਦੇ ਉਨਾ ਜ਼ਿਆਦਾ ਬਿਮਾਰੀ ਦਾ ਅਟੈਕ ਹੁੰਦਾ ਵਾ। ਇਹ ਹੁਣ ਸਾਡੀਆਂ ਜਿਹੜੀਆਂ ਫਸਲਾਂ ਵਾ, ਇਹ ਜਿਹੜੀਆਂ ਸਾਰੀਆਂ ਕੀਮਤੀ ਫਸਲਾਂ ਵਾ, ਝੋਨਾ ਵੀ ਕੀਮਤੀ ਫਸਲ ਆ, ਕਮਾਦ ਵੀ ਕੀਮਤੀ ਫਸਲ ਆ, ਮੱਕੀ ਵੀ ਕੀਮਤੀ ਫਸਲ ਆ, ਫਿਰ ਨਰਮਾ ਵੀ ਕੀਮਤੀ ਫਸਲ ਆ। ਨਰਮਾ ਅਗਰ ਇਹ ਚੰਗਾ ਨਰਮਾ ਹੋਵੇ, ਉਹਦੀ ਚੰਗਾ ਜਿਹੜੀ ਫੁੱਟੀ ਹੋਵੇ, ਚੰਗੇ ਟਿੰਡੇ ਹੋਣ, ਤਾਂ ਉਹ ਉਹਨੂੰ ਬਿਮਾਰੀ ਵੀ ਘੱਟ ਅਸਰ ਕਰਦੀ ਆ। ਦੋਸਤੋ, ਇਹ ਨਰਮੇ ਨੂੰ ਬੜਾ ਬਿਹਤਰੀਨ ਕਾਮਯਾਬ ਆ। ਅਤੇ ਇਹ ਸਾਰੀਆਂ ਫਸਲਾਂ ਨੂੰ ਤੁਸੀਂ ਇਹ ਗਰਮੀਆਂ 'ਚ ਜਿੰਨਾ ਜ਼ਿਆਦਾ ਇਸਤੇਮਾਲ ਕਰੋਗੇ, ਉਨਾ ਜ਼ਮੀਨ ਜ਼ਿਆਦਾ ਨਰਮ ਹੋਏਗੀ, ਜ਼ਮੀਨ ਦੇ ਅੰਦਰ ਗਡੋਏ ਪੈਦਾ ਹੋਣਗੇ ਅਤੇ ਜ਼ਮੀਨ ਤੁਹਾਡੀ ਨਰਮ ਹੋ ਜਾਏਗੀ ਔਰ ਇਹ ਮਹਿਰਾ ਬਣ ਜਾਏਗੀ ਜ਼ਮੀਨ। ਦੋਸਤੋ, ਇਹ ਬਹੁਤ ਬਿਹਤਰੀਨ ਆ। ਜੇ ਅਗਰ ਹੋਰ ਇਹਦਾ ਰਿਜ਼ਲਟ ਦੇਖਣਾ ਹੋਵੇ ਤਾਂ ਤੁਸੀਂ ਯੂਟਿਊਬ ਦੇ ਉੱਤੇ ਰਿਸਰਚ ਕਰੋ, OWDC ਵੈਸਟ ਡੀ ਕੰਪੋਜ਼ਰ, ਤੁਹਾਨੂੰ ਲੱਖਾਂ ਵੀਡੀਓ ਨਜ਼ਰ ਆ ਜਾਣੀ ਹੈ। ਮੇਰੇ ਪਾਕਿਸਤਾਨੀ ਜਿਹੜੇ ਯੂਟਿਊਬਰ ਆ, ਉਹ ਵੀ ਬੜੀਆਂ ਵੀਡੀਓ ਇਹਦੇ ਬਾਰੇ ਬਣਾਉਂਦੇ ਆ, ਤਾਂ ਉਹ ਵੀ ਦੇਖੋ।
ਅਤੇ ਜਿਹੜੀ ਚੰਗੀ ਲੱਗੋ ਉਹ ਕਰੋ, ਮਗਰ ਕੋਈ ਇਹਦੇ ਵਿੱਚ ਕੋਈ ਹੋਰ ਚੀਜ਼ ਤੁਹਾਨੂੰ ਇਸਤੇਮਾਲ ਕਰਨ ਦੀ ਲੋੜ ਨਹੀਂ। ਪਹਿਲੇ ਸਾਰੇ ਤੋਂ ਜ਼ਮੀਨ ਦੇ ਵਿੱਚ ਆਪਣੇ ਉੱਦਾਂ ਹੀ ਪਾਓ, ਸਾਦਾ ਹੀ ਇਹਨੂੰ ਪਾਓ, ਕੋਈ ਚੀਜ਼ ਨਹੀਂ ਇਸਤੇਮਾਲ ਕਰਨ ਦੀ। ਅਤੇ ਜਦੋਂ ਤੁਹਾਡੀ ਜ਼ਮੀਨ ਸਹੀ ਹੋ ਜਾਏਗੀ ਫਿਰ ਤੁਸੀਂ ਜਿਸ ਤਰ੍ਹਾਂ ਮਰਜ਼ੀ ਪਾਓ, ਫਿਰ ਤੁਸੀਂ ਇਹਦਾ ਜੋ ਦਿਲ ਕਰਦਾ ਬਣਾਓ, ਦਾਲਾਂ ਪਾਓ ਵਿੱਚ, ਖਲ ਪਾਓ, ਜੋ ਮਰਜ਼ੀ ਪਾਓ। ਜਦੋਂ ਜ਼ਮੀਨ ਸਹੀ ਹੋਊਗੀ ਉਦੋਂ ਕਰੋ, ਜੇ ਇਹ ਉਹ ਪਹਿਲਾਂ ਕਰਨ ਦਾ ਕੋਈ ਫਾਇਦਾ ਨਹੀਂ ਹੋਣਾ ਤੁਹਾਨੂੰ। ਅਤੇ ਜਦੋਂ ਤੁਸੀਂ ਇਹਨੂੰ ਐਨ ਨਾਲ ਇਹਨੂੰ ਆਪਣੇ ਪਾਣੀ ਦੇ ਨਾਲ ਇਹਨੂੰ ਫੜ ਕਰਦੇ ਰਹੋਗੇ ਅਤੇ ਇਹ ਤੁਹਾਨੂੰ ਬੜਾ ਬੜਾ ਰਿਜ਼ਲਟ। ਅਤੇ ਵਿੱਚ ਕਈ ਦੋਸਤ ਮੇਰੇ ਵਿੱਚ ਖਾਦ ਮਿਲਾ ਕੇ ਇਸਤੇਮਾਲ ਕਰਦੇ ਆ, ਨਾ ਖਾਦ ਕਿਉਂ, ਖਾਦ ਕੈਮੀਕਲ ਆ। ਖੈਰ ਜਦੋਂ ਖਾਦ ਕੈਮੀਕਲ ਹੁੰਦੀ ਆ ਅਤੇ ਇਹ ਕੈਮੀਕਲ ਦਾ ਤਾਂ ਇਹਦਾ ਵੈਰ ਆ, ਵੈਸਟ ਡੀਕੰਪੋਜ਼ਰ ਦਾ ਕੈਮੀਕਲ ਦਾ ਤਾਂ ਇਹਦਾ ਵੈਰ ਆ। ਉਹਦੇ ਵਿੱਚ ਜਿਹੜੇ ਕੇਚੂਆਂ ਦੇ ਆਂਡੇ ਹੁੰਦੇ ਜਿਹੜੇ ਉਹ ਮਰ ਜਾਂਦੇ ਆ ਖਾਦ ਵਿੱਚ ਪਾਉਣ ਨਾਲ। ਜੇ ਖਾਦ ਤੁਸੀਂ ਪਾਉਣੀ ਆ ਉਹ ਲਹਿਦਾ ਪਾ ਲਓ, ਬਰਾਬਰ ਲਹਿਦਾ ਵੀ ਪਾਓਗੇ ਪਾਣੀ ਦੇ ਵਿੱਚ ਹੀ ਜਾਣਾ ਨਾ, ਜ਼ਮੀਨ ਦੇ ਵਿੱਚ ਹੀ ਜਾਣਾ, ਉਹਦੇ ਨਾਲ ਅਸਰ ਨਹੀਂ ਹੁੰਦਾ ਇੰਨਾ। ਅਤੇ ਬਾਅਦ ਅਗਰ ਤੁਹਾਨੂੰ ਵੈਸਟ ਡੀਕੰਪੋਜ਼ਰ ਹੀ ਅਸਰ ਦੇਵੇ ਇੰਨਾ, ਤਾਂ ਫਿਰ ਤੁਹਾਨੂੰ ਕਿਹੜੀ ਲੋੜ ਆ ਇਹ ਖਾਦਾਂ ਇਸਤੇਮਾਲ ਕਰਨ ਦੀ ਜਾਂ ਸਪਰੇਆਂ ਇਸਤੇਮਾਲ ਕਰਨ ਦੀ। ਦੋਸਤੋ ਇਹ ਇੱਕ ਮੌਕਾ, ਨਾ ਆਪਣੀਆਂ ਫਸਲਾਂ ਜ਼ਾਇਆ ਕਰੋ, ਨਾ ਆਪਣਾ ਪੈਸਾ ਜ਼ਾਇਆ ਕਰੋ। ਇਹਨੂੰ ਤੁਸੀਂ ਵੈਸਟ ਡੀਕੰਪੋਜ਼ਰ ਨੂੰ ਮੁਫ਼ਤ ਤੁਹਾਨੂੰ ਮਿਲਿਆ, ਇਹਨੂੰ ਇਸਤੇਮਾਲ ਕਰੋ ਅਤੇ ਇਹਦੇ ਨਾਲ ਤੁਸੀਂ ਤੁਹਾਨੂੰ ਬਹੁਤ ਸਾਰਾ ਫਾਇਦਾ ਮਿਲੇਗਾ ਔਰ ਬਹੁਤ ਸਾਰੀ ਤੁਹਾਨੂੰ ਬਿਜ਼ਨਸ ਮਿਲੇਗਾ ਔਰ ਤੁਹਾਡਾ ਅੱਛਾ ਪ੍ਰੋਫਿਟ ਮਿਲੇਗਾ। ਦੋਸਤੋ ਇਹ ਵੀਡੀਓ ਅੱਗੇ ਲਾਜ਼ਮੀ ਸ਼ੇਅਰ ਕਰਿਆ ਕਰੋ। ਇਹ ਇੱਕ ਮੈਂ ਤੁਹਾਨੂੰ ਰਿਕੁਐਸਟ ਕਰਦਾ ਹੁੰਦਾ ਕਿ ਇਹ ਵੀਡੀਓ ਤੁਸੀਂ ਅੱਗੇ ਸ਼ੇਅਰ ਕਰੋਗੇ ਅਤੇ ਇਹਦੇ ਨਾਲ ਦੂਸਰੇ ਦਾ ਫਾਇਦਾ ਹੋਜੂਗਾ। ਚਲੋ ਜੇ ਅਗਰ ਦੇਖੋ ਕੀ ਕਹਿੰਦੇ ਹੁੰਦੇ ਆ, ਇੱਕ ਰੋੜਾ ਪਿਆ ਹੋਵੇ ਨਾ ਸੜਕ ਦੇ ਵਿੱਚੋਂ, ਤਾਂ ਉਹ ਪਾਸੇ ਕਰ ਦਿਉ, ਉਹਦੀ ਕਿੰਨੀ ਨੇਕੀ ਮਿਲਦੀ ਆ। ਦੋਸਤੋ ਅੱਲਾਹ ਤਾਲਾ ਦੇ ਵਾਰ ਵਾਰ ਇੱਦਾਂ ਦੀਆਂ ਚੀਜ਼ਾਂ ਕੀ ਦੱਸਿਆ, ਸਾਡੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਵਾਰ ਵਾਰ ਚੀਜ਼ਾਂ ਇੱਦਾਂ ਦੀਆਂ ਦੱਸੀਆਂ, ਜਿਹੜੀਆਂ ਇੱਕ ਸੜਕ ਦੇ ਵਿੱਚੋਂ ਕੰਡਾ ਪਿਆ ਵਾ ਉਹਨੂੰ ਪਾਸੇ ਕਰ ਦਿਓ, ਤੁਹਾਨੂੰ ਕਿੰਨੀ ਨੇਕੀ ਮਿਲਣੀ ਆ। ਅਤੇ ਇਹ ਵੀ ਇੱਕ ਨੇਕੀ ਵਾਲਾ ਕੰਮ ਆ। ਜੇ ਤੁਸੀਂ ਕਿਸੇ ਦੇ ਵੀਡੀਓ ਕੋਈ ਸ਼ੇਅਰ ਕਰ ਦਿਓਗੇ, ਉਹਨੂੰ ਕੋਈ ਸਮਝ ਲੱਗ ਗਈ ਅਤੇ ਉਹ ਅੱਗੇ ਆਪਣੀ ਜ਼ਮੀਨ ਚੰਗੀ ਬਣਾਊਗਾ, ਅਤੇ ਉਹਦੇ ਨਾਲ ਉਹਦੀ ਫਸਲ ਚੰਗੀ ਹੋਏਗੀ, ਤੁਹਾਨੂੰ ਸਵਾਬ ਮੁਫ਼ਤ ਦਾ ਮਿਲੇਗਾ ਅਤੇ ਕੋਈ ਐਡਾ ਮੁੱਲ ਨਹੀਂ ਲੱਗਦਾ ਹੁੰਦਾ ਅੱਗੇ ਵੀਡੀਓ ਸ਼ੇਅਰ ਕਰਨ ਦਾ। ਸੋ ਇਹ ਸਿਰਫ ਅੱਗੇ ਕਰੇਕੀ ਕਰ ਦੇਣੀ ਹੈ, ਸ਼ੇਅਰ ਕਰ ਦੇਣੀ। ਅਤੇ ਬਹੁਤ ਅੱਲਾ ਬਹੁਤ ਬਹੁਤ ਅੱਲਾਹ ਤਾਲਾ ਤੁਹਾਨੂੰ ਇਹਦਾ ਅਜਰ ਦੇਵੇਗਾ, ਬਹੁਤ ਅੱਲਾਹ ਤਾਲਾ ਅਜਰ ਦੇਵੇਗਾ। ਇਹ ਅਜ਼ਮਾ ਕੇ ਦੇਖੋ ਅਤੇ ਤੁਹਾਨੂੰ ਇਹਦਾ ਫਾਇਦਾ, ਕਿਉਂਕਿ ਆਪਣੇ ਬੰਦੇ ਦਾ ਬੰਦਾ ਫਾਇਦਾ ਕਰਦਾ, ਜਦੋਂ ਬੰਦੇ ਦਾ ਫਾਇਦਾ ਕਰਦਾ ਤਾਂ ਅੱਲਾ ਵੀ ਰਾਜ਼ੀ ਹੁੰਦਾ। ਖੁਦਾ ਹਾਫਿਜ਼।